ਹਲ ਨੂੰ ਕੁੜ ਚਾੜਨਾ ਲੱਕੜ ਦਾ ਬਣਾ ਕੇ ਫਿਰ ਅੱਗੇ ਫਾਲਾ ਚੁੰਝ ਕੱਢ ਕੇ ਉਹਨੂੰ ਮਤਲਬ ਡੰਗਣਾ ਕੰਢੀ ਬਣਾਉਣੀ ਚੁੰਝ ਬਣਾਉਣੀ ਫਿਰ ਉਹਨੂੰ ਕੁੰਡਾ ਲਾਉਣਾ ਠੋਕਣਾ ਹਲ ਠੋਕਣੀ ਸਾਰਾ 10 ਸਾਲ ਦੀ ਲੱਕੜ ਹੁੰਦੀ ਸੀ ਪੁਰਾਣੀ ਹਿੰਦੁਸਤਾਨ 'ਚ ਉਹ ਗੱਡਿਆਂ ਦੀਆਂ ਪੌੜੀਆਂ ਬਣਦੀਆਂ ਹਨ ਵੀ ਉਹ ਦੱਸਦੇ ਨੇ ਵਿੱਚੋਂ ਕਈ ਬੰਦੇ ਆਉਂਦੇ ਨੇ ਜੀ ਸਾਲ ਨਹੀਂ ਆਇਆ ਲੋਹਾ ਗਰਮ ਕਰੀਦਾ ਇਹਦੇ ਨਾਲ ਹਾਂਜੀ ਹਵਾ ਦਿੰਦਾ ਹਾਂਜੀ ਹਾਂਜੀ ਅੱਗ ਬਾਲੀ ਦੀ ਹੈ ਹਾਂਜੀ ਜਿਹੜੀ ਸ਼ਹਿ ਮਰਜ਼ੀ ਬਣਾ ਲਓ ਦਾਤਰੀ ਬਣਾ ਲਓ ਦਾਤਰ ਬਣਾ ਲਓ ਕੁਹਾੜੀ ਬਣਾ ਲਓ ਥੌੜਾ ਬਣਾ ਲਓ ਕੁਹਾੜਾ ਬਣਾ ਲਓ ਜਿਹੜੀ ਸ਼ਹਿ ਮਰਜ਼ੀ ਬਣਾ ਲਓ ਹਾਂਜੀ ਇਹ ਸ਼ੁਰੂ ਤੋਂ ਹੀ ਸਾਡੇ ਬਜ਼ੁਰਗ ਇੰਡੀਆ ਦੇ ਵਿੱਚ ਕੰਮ ਕਰਦੇ ਹਨ ਲੱਕੜੀ ਦਾ ਤਰਖਾਣਾ ਇਹਨੂੰ ਲੁਹਾਰਾ ਆਉਂਦੇ ਨੇ ਅਤੇ ਉਹ ਲੱਕੜੀ ਦੇ ਨੂੰ ਤਰਖਾਣਾ ਆਉਂਦੇ ਨੇ ਉਹ ਤਰਖਾਣਾ ਕਰਦੇ ਹਨ ਉਹ ਫਿਰ ਜਦੋਂ ਇੱਧਰ ਆਏ ਨੇ ਫਿਰ ਉਹਨਾਂ ਨੇ ਇਹ ਵੀ ਸ਼ੁਰੂ ਕਰ ਲਿੱਤਾ ਨਾਲ ਹੀ ਉਦੋਂ ਕੰਮ ਇੰਜ ਦੇ ਸਨ ਵੀ ਹੱਲਾਂ ਦੇ ਫਾਲੇ ਫੁਲੇ ਡੰਗਣੇ ਇੰਜ ਦਾ ਕੰਮ ਬਸ ਜਿਹੜੀਆਂ ਟੋਕੇ ਦੀਆਂ ਛੁਰੀਆਂ ਹੁੰਦੀਆਂ ਹਾਂਜੀ ਤੁਸੀਂ ਖੁਦ ਤਿਆਰ ਕਰ ਲੈਂਦੇ ਹਾਂਜੀ ਕਰ ਲਈਦੀਆਂ ਸਾਡੇ ਵਾਸਤੇ ਕੋਈ ਮੁਸ਼ਕਿਲ ਨਹੀਂ ਹੈ ਜਦੋਂ ਹੱਥੀ ਕਰ ਲੈਣਾ ਫਿਰ ਕਾਹਦੀ ਮੁਸ਼ਕਿਲ ਕੋਈ ਮੁਸ਼ਕਿਲ ਨਹੀਂ ਅੱਜ ਕੱਲ੍ਹ ਮਸ਼ੀਨੀ ਦੌਰ ਹੈ ਹਰ ਚੀਜ਼ ਮਸ਼ੀਨ ਨਾਲ ਤਿਆਰ ਹੋ ਰਹੀ ਹੈ ਹਾਂਜੀ ਤੁਸੀਂ ਅੱਜ ਵੀ ਇਸ ਥੋੜੇ ਅਸੀਂ ਮਤਲਬ ਘੰਟਾ ਘੰਟਾ ਵੀ ਥੋੜਾ ਚਲਾਈ ਜਾਏ ਸਾਨੂੰ ਕੋਈ ਪਰੇਸ਼ਾਨੀ ਕੋਈ ਪਰੇਸ਼ਾਨੀ ਨਾ ਤੁਹਾਡਾ ਨਾਮ ਕੀ ਦੱਸਿਆ ਮੇਰਾ ਨਾਮ ਮਨਜ਼ੂਰ ਅਹਿਮਦ ਮਨਜ਼ੂਰ ਅਹਿਮਦ ਹਾਂਜੀ ਸਹੀ ਹੋ ਗਿਆ ਤੇ ਹੋਰ ਤੁਸੀਂ ਕਿਹੜੀ ਕਿਹੜੀ ਸ਼ੈ ਬਣਾਈ ਇਸ ਟਾਈਮ ਤੁਹਾਡੇ ਕੋਲ ਜਿਹੜੀ ਮਸ਼ਹੂਰ ਫਾਲੇ ਵਗੈਰਾ ਜਿਹੜੇ ਹੁੰਦੇ ਸੀ ਕਿਸੇ ਦੌਰ 'ਚ ਉਹ ਖਤਮ ਹੋ ਗਏ ਹੁਣ ਉਹ ਵੀ ਬਣਾਉਂਦੇ ਸੀ ਤੁਹਾਡੇ ਹਾਂਜੀ ਅਸੀਂ ਆਪ ਬਣਾਉਂਦੇ ਰਹੇ ਤੁਸੀਂ ਫਾਲੇ ਬਣਾਉਂਦੇ ਹਾਂਜੀ ਆਪ ਬਣਾਉਂਦੇ ਰਹੇ ਹਲ ਨੂੰ ਕੁੜ ਚਾੜਨਾ ਲੱਕੜ ਦਾ ਬਣਾ ਕੇ ਫਿਰ ਅੱਗੇ ਫਾਲਾ ਚੁੰਝ ਕੱਢ ਕੇ ਉਹਨੂੰ ਮਤਲਬ ਡੰਗਣਾ ਕੰਢੀ ਬਣਾਉਣੀ ਚੁੰਝ ਬਣਾਉਣੀ ਫਿਰ ਉਹਨੂੰ ਕੁੰਡਾ ਲਾਉਣਾ ਠੋਕਣਾ ਹਲ ਠੋਕਣੀ ਸਾਰਾ ਕੁਝ ਕਰਦੇ ਰਹੇ ਤੇ ਅੱਜ ਕੱਲ੍ਹ ਦੁਨੀਆ ਕਰਵਾ ਰਹੀ ਹੈ ਕੰਮ ਲੁਹਾਰੇ ਦਾ ਕਿ ਖਤਮ ਹੋ ਗਿਆ ਪਿੰਡ ਚੱਲਦਾ ਪਿਆ ਚੱਲਦਾ ਪਿਆ ਹਾਂਜੀ ਲੇਕਿਨ ਅਸੀਂ ਬੜੇ ਵੇਖੇ ਨੇ ਹੁਣ ਲਹਿਦਾ ਲਹਿਦਾ ਪਿੰਡਾਂ 'ਚ ਵੀ ਗਏ ਉੱਥੇ ਸਾਨੂੰ ਲੁਹਾਰ ਕੋਈ ਟੱਕਰੇ ਨਹੀਂ ਇੰਝ ਹੀ ਗੱਲ ਹੈ ਸਾਡੇ ਨਾ ਸਾਡੇ ਸਾਡੇ ਆਪਣੇ ਆ ਸਾਡੇ ਆ ਇਸ ਪਿੰਡ ਦੇ ਵਿੱਚ ਲੀਲਾਂ ਅਈਆ ਗਦਾਂ ਵਾਲਾ ਅੰਤੀਰ ਇੱਧਰੋਂ ਛੰਨੀ ਠੱਠਾ ਉਹ ਛੰਨੀ ਜਾਂਦੇ ਉੱਥੋਂ ਤੱਕ ਬੰਦੇ ਇੱਥੇ ਆਉਂਦੇ ਕੰਮ ਕਰਾਉਣ ਵਾਸਤੇ ਹਾਂਜੀ ਹੈ ਨੀ ਲੇਕਿਨ
ਕੁਰਲਗੀ ਦੇ ਵੱਡਿਆਂ ਨਹੀਂ ਮਤਲਬ ਕੁਰਲਗੀ ਨੇ ਆ ਪਿੰਡ ਉੱਥੋਂ ਇੱਥੇ ਆਉਂਦੇ ਨੇ ਆਹ ਛੁਰੀਆਂ ਚੜਾਉਣ ਵਾਸਤੇ ਇੱਥੇ ਆਉਂਦੇ ਲੋਕ ਉੱਥੇ ਉਹਨਾਂ ਨੂੰ ਕੋਈ ਨਹੀਂ ਕੰਮ ਕਰਕੇ ਦੇ ਰਿਹਾ ਦੇ ਰਹੇ ਨੇ ਲੇਕਿਨ ਉਹ ਜਿਹੜਾ ਕੰਮ ਇੱਥੇ ਹੋ ਰਿਹਾ ਉੱਥੇ ਨਹੀਂ ਮਤਲਬ ਤੁਸੀਂ ਇਹਨਾਂ ਕੋਲ ਪੇਮੈਂਟ ਲੈਂਦੇ ਹੋ ਪੈਸੇ ਲੈਂਦੇ ਹੋ ਕੰਮ ਕਰਨ ਦੇ ਕਿ ਹਾੜੀ ਸੋਣੀ ਦਾ ਚੱਕਰ ਹੈ ਜਿਹੜੇ ਸਾਡੇ ਆ ਪਿੰਡ ਦੇ ਨੇ ਨਾ ਹਾਂਜੀ ਲਾਮੋ ਪਿੰਡਾਂ ਦੇ ਵੀ ਆਏ ਨੇ ਬੰਦੇ ਜਿਹੜੇ ਕੰਮ ਕਰਾ ਕੇ ਲਈ ਜਾਂਦੇ ਨੇ ਉਹਨਾਂ ਤੋਂ ਮਤਲਬ ਦਾਣੇ ਲਈਦੇ ਨੇ ਕੀ ਦਾਣੇ ਦਾ ਹੁੰਦਾ ਇਹਨਾਂ ਦਾ ਹਿਸਾਬ ਇਹ 6 ਮਹੀਨੇ ਪਿੱਛੇ ਹੁੰਦੇ ਨੇ ਦਾਣੇ 2 ਮਣ 2 ਮਣ ਕੰਮ ਜਿੰਨਾ ਮਰਜ਼ੀ ਹੋਵੇ ਹਾਂ 2 ਮਣ ਹਾੜੀ 2 ਮਣ ਸੌਣੀ ਇਹਦੇ ਵਿੱਚ ਕਿਹੜਾ ਕਿਹੜਾ ਕੰਮ ਹੁੰਦਾ ਤੁਹਾਡੇ ਜ਼ਿੰਮੇ ਸਾਡੇ ਜ਼ਿੰਮੇ ਇਹ ਮਤਲਬ ਦਾਤਰੀ ਬਣਾਤੀ ਇੱਕ ਸਾਲ ਪਿੱਛੋਂ ਰੰਬੀ ਬਣਾਤੀ ਛੁਰੀਆਂ ਚੜ ਦਿੱਤੀਆਂ ਕਈ ਦਸਤਾ ਪਾ ਦਿੱਤਾ ਮੰਜੀ ਟੁੱਟੀ ਨਵੀਂ ਮੰਜੀ ਉਹਦੀ ਮਜ਼ਦੂਰੀ ਲੈਣੀ ਹੈ ਨਵੀਂ ਸ਼ਾਇਦ ਕੋਈ ਵੀ ਤਿਆਰ ਕਰਨੀ ਉਹਦੀ ਮਜ਼ਦੂਰੀ ਲੈਣੀ ਹੈ ਹਾਂਜੀ ਭਾਵੇਂ ਸੇਵ ਵੀ ਹੈ ਜਿਹਦਾ ਪਾਵਾ ਟੁੱਟ ਗਿਆ ਹੈ ਹਾਂਜੀ ਇੱਕ ਅੱਧਾ ਪਾਵਾ 2 ਟੁੱਟੇ ਨੇ ਉਹ ਪਾ ਦਿਓ ਠੀਕ ਹੈ ਜੀ ਅੱਛਾ ਉਹ ਤੁਸੀਂ ਬਣਾ ਕੇ ਦੇਣਾ ਹਾਂਜੀ ਤੇ ਜਿਹੜੀਆਂ ਮੱਝਾਂ ਦੇ ਖੁੱਡੇ ਚੱਲਦੀਆਂ ਹੁੰਦੀਆਂ ਨਵੀਂ ਤਿਆਰ ਕਰੀਏ ਤੇ ਫਿਰ ਉਹਦੇ ਮਜ਼ਦੂਰੀ ਹੈ ਜੇ ਪੁਰਾਣੀ ਨੂੰ ਓਵਰਹਾਲ ਕਰਨਾ ਤਾਂ ਫਿਰ ਵੈਸੇ ਤੁਸੀਂ ਹਾਂਜੀ ਉਹਨਾਂ 2 ਮਨ ਦੇ ਉੱਤੇ ਹਾਂਜੀ ਸਾਰਾ ਕੁਝ ਅੱਛਾ 2 ਮਨ ਹਾੜੀ ਹੁੰਦਾ ਸੋਨੀ ਹਾਂ 2 ਮਨ ਕਣਕ ਤੇ 2 ਮਨ ਚਾਵਲ ਹਾਂਜੀ ਪਰੇਸ਼ਾਨ ਕਰਦੇ ਨੇ ਫਿਰ ਕਰਨਾ ਵੀ ਪੈਂਦਾ ਹਾਂਜੀ ਉਹ ਕੋਈ ਗੱਲ ਨੀ ਹੈ ਜਦੋਂ ਆਪ ਨੀ ਕਿਸੇ ਨੂੰ ਖਰਾਬ ਕਰਦੇ ਫਿਰ ਅਗਲਾ ਵੀ ਨੀ ਕਰਦਾ ਆਪ ਮਤਲਬ ਖਰਾਬ ਕਰੀਏ ਅੱਗਾ ਪਿੱਛਾ ਕਰੀਏ ਫਿਰ ਅਗਲਾ ਵੀ ਕਰਦਾ ਹਾਂ ਹੁਣ ਲੱਕੜਾਂ ਖਾਰਿਓ ਆਏ ਲੈ ਕੇ ਉੱਥੇ 2-3 ਆ ਰਹੇ ਨੇ ਅੱਛਾ ਖਾਰੇ ਦੇ ਵਿੱਚ ਹਾਂਜੀ ਜਿੰਗੀ ਤੜਾ ਤਲ ਲੱਗ ਮਤਲਬ ਇੱਕ ਮਾਦ ਹਾਂਜੀ ਕੰਮ ਕਰਕੇ ਦੇਈਦਾ ਖਰਾਬ ਨਹੀਂ ਕਿਸੇ ਨੂੰ ਕਰੀ ਫਰਨੀਚਰ ਵੀ ਬਣਾਉਂਦੇ ਨਹੀਂ ਫਰਨੀਚਰ ਨਹੀਂ ਮੈਂ ਦੇਖਿਆ ਨਾ ਆਰੀਆਂ ਸ਼ਾਰੀਆਂ ਲੱਗੀਆਂ ਆਹੋ ਆਰੇ ਤੇ ਲੱਕੜ ਦੂਰੋਂ ਦੂਰੋਂ ਆ ਮਤਲਬ ਚੀਰੀ ਦੀ ਸੁਹਾਗੇ ਚੀਰੀ ਦੇ ਨੇ ਬੜੇ ਬੜੇ ਤਗੜੇ ਵੱਡੇ ਵੱਡੇ ਸੁਹਾਗੇ ਵੀ ਬਣਾਉਂਦੇ ਹਾਂਜੀ ਸਹੀ ਹੋ ਗਿਆ ਜ਼ਿਮੀਦਾਰਾਂ ਦੇ ਵਿੱਚ ਹੁਣ ਸਭ ਨੂੰ ਅਹਿਮ ਕਿਰਦਾਰ ਸੀ ਲੁਹਾਰ ਤੇ ਖਾਨ ਹਾਂਜੀ ਲੇਕਿਨ ਹੁਣ ਅੱਜ ਕੱਲ੍ਹ ਘੱਟ ਗਿਆ ਹਾਂਜੀ ਇਹਦਾ ਮਸ਼ੀਨੀ ਦੌਰ ਆ ਗਿਆ ਤੇ ਤੁਹਾਡੇ ਉੱਤੇ ਕੀ ਅਸਰਾਤ ਪਏ ਕੋਈ ਵੀ ਨਹੀਂ ਕੰਮ ਜ਼ਿਆਦਾ ਹੋ ਗਿਆ ਸੇਬ ਦਾ ਵੀ ਚੱਲਦਾ ਪਿਆ ਉਹ ਵੀ ਚੱਲਦਾ ਪਿਆ ਹਾਂਜੀ ਉਹਦੇ ਕੋਲ ਮਸ਼ੀਨਾਂ ਨੇ ਅਸੀਂ ਲੈਦਾ ਲੈਦਾ ਹੋ ਗਿਆ ਆਟੇ ਵਾਲੀ ਮੁੰਜੀ ਵਾਲੀ ਮਰਚਾਂ ਵਾਲੀ ਇਸ ਤਰ੍ਹਾਂ ਕਰਕੇ ਸੇਬ ਦਾ ਜ਼ਿਆਦਾ ਕੰਮ ਉਹਦੇ ਕੋਲ ਤੁਸੀਂ ਪਹਿਲੇ ਮੈਂ ਪੁੱਛਿਆ ਬਜ਼ੁਰਗਾਂ ਨੂੰ ਖਰਾਦ ਲਗਾਇਆ ਸੀ ਇੰਡੀਆ ਦੇ ਵਿੱਚ ਖਰਾਸ ਆ ਖਰਾਸ ਸਾਡੇ ਇੱਥੇ ਵੀ ਆ ਕੇ ਇੱਥੇ ਵੀ ਲੱਗਾ ਰਿਹਾ ਸਾਡਾ ਖਰਾਸ ਅੱਛਾ ਹਾਂਜੀ ਇੱਥੇ ਵੀ ਲੱਗਾ ਰਿਹਾ ਇੱਥੇ ਵੀ ਲੱਗਾ ਰਿਹਾ ਹੁਣ ਕੋਈ ਚੱਕੀ ਵਗੈਰਾ ਲਗਾਈ ਮਸ਼ੀਨੀ ਜਿਹੜੀ ਆਟਾ ਪੀਣ ਵਾਲੀ ਲਾਈਆਂ ਸਨ ਲਾਈ ਸੀ ਚੱਕੀ ਤੁਹਾਨੂੰ ਦੱਸਿਆ ਨਾ ਵੀ ਲਾਈ ਸੀ ਅਸੀਂ ਚੱਕੀ ਇਕੱਠੇ ਸਾਂ ਸੀ ਹਾਂਜੀ ਫਿਰ ਅਸੀਂ ਲਹਿਦਾ ਲਹਿਦਾ ਹੋ ਗਿਆ ਉਹਨੇ ਚੱਕੀ ਲੈ ਲਈ ਮੈਨੂੰ ਉਹਨਾਂ ਆਰਾ ਦੇ ਦਿੱਤਾ ਉਹਨਾਂ ਠੀਕ ਹਾਂਜੀ ਲੇਕਿਨ ਇਹ ਵਾਲਾ ਆਪਣਾ ਕੰਮ ਨਹੀਂ ਛੱਡਿਆ ਇਹ ਨਹੀਂ ਛੱਡਿਆ ਨਾ ਅਸੀਂ ਇਹ ਛੱਡਣਾ ਹੀ ਹੁਣ ਉਹ ਜਿਹੜੀ ਖਰਾਸ ਦੇ ਉੱਤੇ ਲੱਕੜ ਪਾਈ ਹੁੰਦੀ ਵੱਡੀ ਸਾਰੀ ਇੱਕ ਹਾਂਜੀ ਉਹਦਾ ਦਰਵਾਜ਼ਾ ਹੈ ਉਸ ਲੱਕੜ ਦਾ ਖਰਾਸ ਦੇ ਉੱਤੇ ਇਹ ਵਾਲਾ ਦਰਵਾਜ਼ਾ ਹਾਂਜੀ ਇਹ ਉਸ ਲੱਕੜੀ ਦਾ ਅਸੀਂ ਦਰਵਾਜ਼ਾ ਬਣਾ ਕੇ ਲਾਇਆ ਪੁਰਾਣੀ ਲੱਕੜ ਪਈ ਹਾਂਜੀ ਇਹਨੂੰ ਹੁਣ ਮਤਲਬ ਇਹ ਵੀ ਜਦੋਂ ਆਏ ਨੇ ਉਧਰੋਂ ਉੱਥੋਂ ਜਾ ਕੇ ਇਹਨਾਂ ਲਿਆਂਦਾ ਵਰਨਾ ਤੋਂ ਮੁੱਲ ਖਰਾਸ ਫਿਰ ਇੱਥੇ ਲਿਆ ਕੇ ਲਾਇਆ ਪਤਾ ਨਹੀਂ ਉਹ ਪਹਿਲਾਂ ਕਦੋਂ ਦਾ ਸੀ ਚੱਲਦਾ ਸੀ ਉਹਨੂੰ 100 ਸਾਲ ਹੋ ਗਿਆ 50 ਸਾਲ ਹੋ ਗਏ ਨੇ 30 ਸਾਲ ਹੋ ਗਏ ਨੇ ਲੇਕਿਨ ਸਾਨੂੰ ਇਹਨੂੰ 30-40 ਸਾਲ ਹੋ ਗਏ ਨੇ ਆਹ ਦਰਵਾਜ਼ੇ ਬਣੇ ਨੂੰ ਹਾਂਜੀ ਸਾਡੇ ਹੁਣ ਇੱਥੇ ਮਤਲਬ ਅਸੀਂ ਉਹ ਦੁਬਾਰਾ ਨਹੀਂ ਸੀ ਲਾਇਆ ਅਸੀਂ ਨਸ਼ਹਿਰਿਓਂ ਚਰਾ ਕੇ ਲਿਆਂਦੀ ਇਹ ਲੱਕੜੀ ਇਹ ਤੇ ਉੱਥੇ 10 ਮਿਸਤਰੀ ਇਕੱਠੇ ਹੋਏ ਨੇ ਲੱਕੜ ਦਾ ਨਹੀਂ ਸੀ ਪਤਾ ਲੱਗਦਾ ਵੀ ਲੱਕੜ ਹੈ ਕਾਦੀ ਬਿਹਾਰ ਦੀ ਕਾਦੀ ਨਹੀਂ ਬਿਹਾਰ ਨਹੀਂ ਹੈ ਇੱਕ ਤਾਕਾ ਲਾਇਆ ਹੋਵੇ ਤੇ ਬੰਦਾ ਖੜਾ ਬੜੀ ਮੁਸ਼ਕਲ ਕਰਦਾ ਇੰਨਾ ਵਜ਼ਨ ਇਹਦਾ ਲੱਕੜ ਦਾ ਹਾਂਜੀ ਹਾਂਜੀ ਕੋਈ ਸਾਲ ਦੱਸਦਾ ਸਾਲ ਦੀ ਲੱਕੜ ਹੁੰਦੀ ਸੀ ਪੁਰਾਣੀ ਹਿੰਦੁਸਤਾਨ 'ਚ ਉਹ ਗੱਡਿਆਂ ਦੀਆਂ ਪੌੜੀਆਂ ਬਣਦੀਆਂ ਹਨ ਵੀ ਇਹ ਉਹ ਦੱਸਦੇ ਨੇ ਵਿੱਚੋਂ ਕਈ ਬੰਦੇ ਆਉਂਦੇ ਨੇ ਜੀ ਸਾਲ ਨਹੀਂ ਆਇਆ ਲੇਕਿਨ ਸਾਲ ਦੀ ਲੱਕੜ ਅਸੀਂ ਵੇਖੀ ਵਰਤੀ ਵੀ ਹੈ ਲੇਕਿਨ ਸਾਲ ਨਹੀਂ ਆਇਆ ਜਦੋਂ ਕੰਮ ਹੋਵੇ ਉਸ ਟਾਈਮ ਦਬਾ ਲਈ ਉਹਦਾ ਕੋਈ ਪਰੇਸ਼ਾਨੀ ਨਹੀਂ ਸਾਡਾ ਜ਼ਿਆਦਾ ਲੱਕੜੀ ਦਾ ਕੰਮ ਹੈ ਘੱਟ ਹੈ ਹਾਂਜੀ ਇਹਦੀਆਂ 4 ਰੰਬੀਆਂ ਬਣਾਈਆਂ ਨੇ ਇਹ ਵੇਖੋ ਨਾ ਸੁਰਾਖ ਆ ਗਿਆ
ਦਸਤੇ ਬਣਾ ਕੇ ਪਾਣੇ ਨੇ ਇਹਨਾਂ ਨੂੰ। ਹਾਂਜੀ ਠੀਕ ਹੈ ਜੀ, ਬਹੁਤ ਮਿਹਰਬਾਨੀ। ਠੀਕ ਹੈ ਜਨਾਬ।